कोई किराएदार लभ ला और बड़ा तेरा जोगे वर्गा मूह है और मेरे कोल ही बैठा रहना मैं तेरे को बो आंदी ना बैठे अगर मेरे को भाई मैं डेली ना होना वा सिर्फ इस करके कि मकान साडा किराए ते चढ़े कद ना 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 तू पानी ते आंदा नहीं अपने दो तीन जने वाकफ ही भी ओदा दे मैं भी ओदा फैमिली वाले ही है ना फैमिली आ अपन दूसरे ने देना भला आ डब्बी चार्जर देखया तू हां जी वो तेरा मुंह है ओ ना ओ भाई ये गाड़ी हो नहीं है जी गुंडियां ने बैठे हैं तेरे को कार में अस्सलाम वालेकुम जी ओ मारो बह जा एडा तू ਬਈ ਕਿਰਾਏ ਦਾ ਮਕਾਨ ਉਹ ਭਾਈ ਯਾਰ ਮੈਨੂੰ ਪਤਾ ਲੱਗਾ ਸੀ ਮੈਂ ਡੀਲਰ ਕੋ ਗਿਆ ਸੀਗਾ ਅੱਛਾ ਮੈਨੂੰ ਪਤਾ ਲੱਗਾ ਕਿ ਤੁਸੀਂ ਉਤਲਾ ਪੋਰਸ਼ਨ ਕਿਰਾਏ ਤੇ ਦੇਣਾ ਕਿੰਨੇ ਲੈਣਾ ਮੈਂ ਲੈਣਾ ਵੀਰੇ ਇਹ ਜਿੱਦਾਂ ਦੀ ਤੇਰੀ ਸਿਹਤ ਹੈ ਤੂੰ ਦਵਾਈ ਲੈ ਜਾ ਕੇ ਕਿਤੇ ਉਹ ਭਾਈ ਯਾਰ ਦਵਾਈ ਕ ਆਪਣੀ ਸ਼ਕਲ ਦੇ ਹਿਸਾਬ ਨਾਲ ਤੂੰ ਲੈਣਾ ਚੀਜ਼ ਕੋਈ ਉਹ ਤੂੰ ਲੈਣਾ ਤੇ ਕਿਸੇ ਕੋਲ ਬਦਦੁਆ ਲੀਲਾ ਹੋਰ ਉਹ ਭਾਈ ਯਾਰ ਮੈਂ ਮਕਾਨ ਕਿਰਾਏ ਤੇ ਲੈਣਾ ਮੈਂ ਪਤਾ ਨਹੀਂ ਖਾਸ ਲਾ ਗਿਆ ਉਹ ਮੇਰੀ ਗੱਲ ਸੁਣ ਭਾਜੀ ਅਸੀਂ ਫੈਮਿਲੀ ਵਾਲਿਆਂ ਨੂੰ ਮਕਾਨ ਦੇ ਨਿਕਲ ਪਾ ਉਹ ਭਾਈ ਜਾਨ ਤੁਸੀਂ ਮਕਾਨ ਦਾ ਕਿਰਾਇਆ ਦੱਸੋ ਕੀ ਆ ਕੁੱਤੀ ਭੈਣ ਹੈ ਤੁਹਾਡੇ ਨਾਲ ਓਹੋ ਭਾਈ ਜਾਨ ਮੈਂ ਮਕਾਨ ਕਿਰਾਏ ਤੇ ਲੈਣਾ ਆਇਆ ਕੋ ਮੈਂ ਮੁੰਡਾ ਨਹੀਂ ਵਿਆਹਣ ਆਇਆ ਤੁਹਾਡੇ ਨਹੀਂ ਭਾਈ ਜਾਨ ਤੁਹਾਡੇ ਨਾਲ ਗੱਲ ਹੋਈ ਸੀ ਕਿ ਇੱਕ ਫੈਮਿਲੀ ਨੂੰ ਚਾਹੀਦਾ ਵਾ ਅੱਛਾ ਅੱਛਾ ਇਹ ਗੱਲ ਕਰ ਰਹੇ ਭਾਈ ਅੱਛਾ 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 ਲੈ ਉਹ ਮੈਂ ਫੈਮਿਲੀ ਵਾਲਾ ਬੰਦਾ ਹੀ ਆ ਮੇਰੇ ਨਾਲ ਫੈਮਿਲੀ ਆ ਅੱਛਾ ਜੀ ਹਾਂ ਕਿੱਥੇ ਹੋ ਐ ਆ ਮੈਂ ਤੇ ਆ ਜਾਓ अस्सलाम वालेकुम ओ बिस्मिल्लाह बिस्मिल्लाह भाई 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 कोई नहीं भाई बैठ जाओ भाई ए बची हाले ते करदे बची है जी बची है बैठ जाओ कोई गल नहीं बची है ना शर्माओ तोड़ा अपना ही घर है हां जी आ मकान आपा किराए ते लाना ए भाई जी तुसी किराया ते दसया ही नहीं सानू असी इन्हां नू दसांगे तुसी एमी बकवास करन लए तुसी जाओ मतलब ओ जदो आ जुगे है जनाब ਤੁਸੀਂ ਰਹਿਣਾ ਇੱਥੇ ਹਾਂਜੀ ਇਹਨਾਂ ਨੇ ਨਹੀਂ ਫਿਰ ਆਣਾ ਹਾਂਜੀ ਸਾਡੀ ਇਹ ਸ਼ਰਤ ਹੈ ਸ਼ਰਤ ਵਾ ਕਿਉਂਕਿ ਅਸੀਂ ਮਾਲਕ ਮਕਾਨ ਦਾ ਕੰਮ ਤੇ ਲਵਾ ਦਿਓ ਉਹ ਭਾਈ ਜਾਨ ਤੁਸੀਂ ਤੇ ਗਲਤ ਫੈਮਿਲੀ 'ਚ ਪੈ ਗਏ ਜੇ ਉਹ ਮੇਰੀ ਗੱਲ ਸੁਣੋ ਲਾਲਿਓ ਮੈਂ ਤੇ ਸਾਰੀ ਦਿਹਾੜੀ ਨਾਲ ਕੰਮ ਤੇ ਤੁਸੀਂ ਬਕਵਾਸ ਬੰਦ ਕਰੋ 2 ਮਿੰਟ ਜੀ ਚਾਹ ਪੀਓਗੇ ਨਹੀਂ ਬੋਤਲ ਪੀ ਲਓ ਨਹੀਂ ਪੁੱਤ ਹਾਂਜੀ ਦੇਖ ਰਿਹਾ ਤੂੰ ਆਪਣੇ ਅੱਬੇ ਨੂੰ ਮੈਂ ਦੇਖ ਰਿਹਾ ਤੁਹਾਨੂੰ ਵੀ ਦੇਖ ਰਿਹਾ ਹਾਂ ਸੁਣੀ ਲੱਗ ਰਹੀ ਮੈਂ ਕਿਹਾ ਜੀ ਕਿਰਾਏ ਦੇ ਆਏ ਆ ਕਿਰਾਏ ਲੈਣਾ ਇੱਕ ਮਕਾਨ ਲੈਣਾ ਉਹਨਾਂ ਨੇ ਕਿਰਾਏ ਦੇ ਆਹੋ ਪੁੱਤ ਇੰਨਾ ਕਰਨੇ ਆ ਨਾ ਇਹਨੂੰ ਉੱਪਰਲਾ ਕਮਰਾ ਦੇ ਦਿੰਦੇ ਆ ਹਾਂਜੀ ਇਹਨੂੰ ਆਪਣਾ ਇੱਥੇ ਨਾਲ ਹੀ ਇੱਥੇ ਬੈੱਡ ਹੋ ਨਹੀਂ ਤੁਸੀਂ ਬਾਹਰ ਖੜੇ ਤੇ ਫਿਰ ਤੁਸੀਂ ਇਦਾਂ ਕਰੋ ਤੁਸੀਂ ਉੱਥੇ ਚਲੇ ਜਾਓ ਯਤੀਮ ਖਾਨੇ ਉੱਥੇ ਮੈਂ ਨਹੀਂ ਜਾਣਾ ਜਨਾਬ ਕਿਉਂਕਿ ਮੈਂ ਸਾਹਿਬੇ ਜਾਇਦਾਦ ਹਾਂਜੀ ਅਮੂਦ ਨਹੀਂ ਤੁਹਾਡਾ ਲੱਗਦਾ ਸਾਹਿਬੇ ਜਾਇਦਾਦ ਵਾਲਾ ਇੱਕ ਸਾਰੀ ਗੱਲ ਛੱਡੋ ਆ ਮੇਰੇ ਇਹ मैं स्वीटी कह मकान विखाओ असि कमरा वेखना वा मैं क्या जी हां जी बिस्मिल्ला कितना किराया है किराया ਤੁਸੀਂ ਭਾਵੇਂ ਫ੍ਰੀ ਨਹੀਂ ਲਿਓ ਪੱਖਾ ਲੱਗਾ ਹੈ ਪੱਖਾ ਪੱਖਾ ਕੀ ਜਨਾਬ ਮੈਂ ਤੁਹਾਨੂੰ ਆਪਣਾ ਏਸੀ ਵਾਲਾ ਕਮਰਾ ਦੇ ਦਿੰਦਾ ਤੁਸੀਂ ਫਿਕਰ ਹੀ ਨਾ ਕਰੋ ਇਹਦਾ ਕੋਈ ਇੰਤਜ਼ਾਮ ਕਰੋ ਇਹਨੂੰ ਕਿਤੇ ਕਬਰਸਤਾਨ ਦਾ ਰਸਤਾ ਵਿਖਾਓ ਬਲਬ ਲੱਗਾ ਹੈ ਬਲਬ ਮੈਂ ਕਹਿੰਦਾ ਇਹੋ ਜੇ ਦੱਸ ਹੋਣ ਆਪਣੀ ਮਾਂ ਉਹ ਭਾਈ ਤੁਸੀਂ ਉਹ ਦੱਸ ਉਹਨੂੰ ਵੀ ਕਿੱਡਾ ਵੱਡਾ ਬਲਬ ਲੱਗਾ ਅੰਦਰ ਮੈਂ ਕੀ ਦੱਸਣਾ ਤੁਸੀਂ ਵੱਡੇ ਆ ਤੁਸੀਂ ਆਪ ਗੱਲ ਉਹ ਤੂੰ ਇੰਜ ਨਾ ਕਰ ਚੁੱਪ ਕਰ ਹਾਂਜੀ ਹੋਰ ਪੁੱਛੇ ਮੈਂ ਕਿਹਾ ਜੀ ਸਾਫ ਸੁਥਰਾ ਹੈ ਘਰ ਲੈ ਮੈਂ ਆਪ ਸਫਾਈ ਕਰ ਦਿੰਦਾ ਜੀ ਤੁਹਾਡੇ ਕਮਰੇ ਦੀ ਇਹ ਕਿਹੜੀ ਗੱਲ ਆ ਆਹੋ ਸ਼ਕਲੋਂ ਵੀ ਝਾੜੂ ਵਰਗੇ ਲੱਗਣ ਨੇ ਉਹ ਮੇਰੀ ਗੱਲ ਸੁਣਦਾ ਹੈ ਉਹ ਤੂੰ ਮਕਾਨ ਲੈਣਾ ਕਿ ਨਹੀਂ ਲੈਣਾ ਅਸੀਂ ਤਾਂ ਮਕਾਨ ਹੀ ਲੈਣਾ ਆਏ ਆ ਤੇ ਬਸ ਛੱਡੋ ਉਧਰ ਗੱਲ ਹੋਣ ਦੀ ਇੱਕ ਮਿੰਟ ਖਲੋ ਜਾਓ ਜਦੋਂ ਇੱਕ ਮੋਹਤਰਮ ਮਸਤੀ ਗੱਲ ਕਰ ਰਹੀ ਤੇ ਤੁਸੀਂ ਕਿਉਂ ਬਕਵਾਸ ਕਰਨ ਦੇ ਕਰ ਗਏ ਅੱਛਾ ਮੈਂ ਕਿਹਾ ਜੀ ਗਲੀ ਦੇ ਵਿੱਚ ਕੋਈ ਟੈਨਸ਼ਨ ਤਾਂ ਨਹੀਂ ਇਹ ਲੇਟ ਸਵੇਰ ਵੀ
दुआ करो आए ना करे मकान भी इसे लैन लगे दो मिनट बहना नहीं जो गल जू कर फिर तू क्यों बकवास करी जाना है बुजुर्ग है जे है तू मेरे ना भी वडेरा है तू वेख है कौन ओहो भाई जान है मेरी बेगम असि ये मकान लेना ही नहीं ओ नहीं देना देना ओ भाई टेक के बह चलो चलिए ओ मेरी गल सुनो ओ बह जाओ तुसी दफाओ तुसी बह ओ भाई ओ मरूदा दे विच कीड़ा हुंदा जान दे आ चलिए ओ असि ये मकान लेना कल्ले आ जाना किसी दे विच कीड़ा हुंदा